ਸ੍ਰੀਕਾਲ ਜੀ, ਤੁਸੀਂ ਦੇਖ ਰਹੇ ਹੋ ਪੀ ਆਈ ਸੰਦੇਸ਼। ਮੈਂ ਹਾਂ ਮਨਜੀਤ ਸਿੰਘ ਮਾਨ, ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ। ਅੱਜ ਅਸੀਂ ਖੜ੍ਹੇ ਹਾਂ ਕਸਬਾ ਕਾਲਾ ਸਿੰਘਿਆ ਦੇ ਮੇਨ ਚੌਂਕ ਵਿੱਚ, ਔਰ ਜਿੱਥੇ ਥਰਮਲ ਸਕੈਨਿੰਗ ਜਿਹੜੀ ਉਹ ਲੋਕਾਂ ਦੀ ਆਉਣ ਜਾਣ ਵਾਲੇ ਲੋਕਾਂ ਦੀ ਜਿਹੜੀ ਕੀਤੀ ਜਾਂਦੀ ਆ, ਔਰ ਡੀ ਸੀ ਸਾਹਿਬ ਦੇ ਹੁਕਮਾਂ ਦੇ ਨਾਲ ਕਾਲਾ ਸਿੰਘਿਆ ਦੇ ਵਿੱਚ 3 ਜਿਹੜੇ ਪੋਸਟ ਸੈਂਟਰ ਜਿਹੜੇ ਉਹ ਬਣਾਏ ਗਏ ਨੇ, ਔਰ ਉੱਥੋਂ ਦੇ ਆਉਣ ਜਾਣ ਵਾਲੇ ਲੋਕਾਂ ਦੀ ਜਿਹੜੀ ਸਕਰੀਨਿੰਗ ਕਰਨ ਤੋਂ ਬਾਅਦ ਜਿਹੜਾ ਅੱਗੇ ਉਹਨਾਂ ਨੂੰ ਦਾਖਲ ਕੀਤਾ ਜਾਂਦਾ, ਅੱਗੇ ਭੇਜਿਆ ਜਾਂਦਾ। ਸੋ ਅੱਜ ਅਸੀਂ ਚੈੱਕ ਪੋਸਟ ਦੇ ਉੱਪਰ ਖੜ੍ਹੇ ਹਾਂ, ਔਰ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਇੰਚਾਰਜ ASI ਤਰਲੋਚਨ ਸਿੰਘ ਜੀ, ਉਹਨਾਂ ਕੋਲ ਜਿਹੜਾ ਇਸ ਸੰਬੰਧੀ ਪੁੱਛਦੇ ਹਾਂ ਔਰ ਜਾਣਕਾਰੀ ਲੈਂਦੇ ਹਾਂ, ਔਰ ਵੀ ਇਹ ਜਿਹੜੀ ਚੈੱਕ ਪੋਸਟ ਜਿਹੜੀ ਆ ਉਹ ਕਿੰਨੇ ਜਿਹੜੀਆਂ ਸ਼ਿਫਟਾਂ ਜਿਹੜੀਆਂ ਲਗਾਈਆਂ ਜਾ ਰਹੀਆਂ, ਅਤੇ ਉਹਦੇ ਸੰਬੰਧੀ ਆਓ ਅਸੀਂ ਮਿਲਦੇ ਹਾਂ ASI ਤਰਲੋਚਨ ਸਿੰਘ ਜੀ। ASI ਤਰਲੋਚਨ ਸਿੰਘ, ਸਦਰ ਕਪੂਰਥਲਾ ਪੋਸਟਿੰਗ ਆ ਮੇਰੀ, ਅਤੇ ਮਾਣਯੋਗ DC ਸਾਹਿਬ, ਮਾਣਯੋਗ SSP ਸਾਹਿਬ, SHO ਸਾਹਿਬਾਨ, ਸਾਡੇ SHO ਸਾਹਿਬ ਸਰਦਾਰ ਸਰਦਾਰ ਸਿੰਘ ਜੀ, ਤੁਹਾਡੇ ਹੁਕਮਾਂ ਨਾਲ ਇਹ ਡਿਊਟੀ ਲੱਗੀ ਹੈ ਜੀ। ਇੱਥੇ ਸਾਡਾ ਮੇਨ ਮਕਸਦ ਹੈਗਾ ਵੀ ਇਹ ਜਲੰਧਰ ਕਰੋਨਾ ਵਾਇਰਸ ਦੇ ਕੇਸ ਜ਼ਿਆਦਾ ਹੋਣ ਕਰਕੇ ਸਾਨੂੰ ਇੱਥੇ ਲਾਇਆ ਗਿਆ, ਇਸ ਲਈ ਵੀ ਜਿਹੜੀਆਂ ਬਾਹਰੋਂ ਗੱਡੀਆਂ ਐਂਟਰ ਹੁੰਦੀਆਂ ਸੀ ਉਹਨਾਂ ਨੂੰ ਚੈੱਕ ਕਰਨਾ, ਪਹਿਲਾਂ ਰੋਕ ਕੇ ਪੁੱਛਣਾ ਵੀ ਕਿੱਥੋਂ ਆਏ ਹੋ ਤੁਸੀਂ, ਠੀਕ ਹੋ ਕਿ ਕਿੱਦਾਂ ਵਾ। ਫਿਰ ਜੇ ਕਿਸੇ ਦਾ ਅਸੀਂ ਜਦੋਂ ਸਾਡੇ ਕੋਲ ਮਸ਼ੀਨ ਆ ਥਰਮਲ, ਅਸੀਂ ਇਹਦੇ ਨਾਲ ਚੈੱਕ ਕਰਦੇ ਹੋ। ਇਹ ਸਰ ਕਿੰਨੇ 3 ਪੋਸਟ ਜਿਹੜੇ ਸੈਂਟਰ ਤੁਸੀਂ ਬਣਾਏ ਹੋ? ਜੀ ਸਰ, ਜੀ ਸਰ। ਅਤੇ ਉਸ ਤੋਂ ਇਲਾਵਾ ਜੀ ਜੇ ਕੋਈ ਜੋਬ ਕਾਰਡ ਕਿਸੇ ਦੇ ਹੁੰਦਾ ਸਰ, ਉਦੋਂ ਤੁਸੀਂ ਕੀ ਕਰਦੇ ਹੋ ਵੀ ਜੇ ਕੋਈ ਸਰ ਉਹਨੂੰ ਕੋਈ ਬੁਖਾਰ ਫੀਵਰ ਆ ਜਾਂ ਕੋਈ ਹੋਰ ਕੋਈ ਪ੍ਰੋਬਲਮ ਆ, ਤੁਸੀਂ ਉਹ ਇਹਨਾਂ ਦੇ ਨੋਟਸ ਦੇ ਵਿੱਚ ਲਿਆਉਂਦੇ ਹੋ? ਅਸੀਂ ਪਹਿਲਾਂ ਚੌਂਕੀ ਚਾਰ ਸਾਹਿਬ ਦੇ ਨੋਟਸ ਲਿਆਉਂਦੇ ਹਾਂ, ਫਿਰ ਉਹਨੂੰ ਗੱਡੀ ਦੇ ਵਿੱਚ ਹੀ ਬਿਠਾ ਕੇ ਸਾਡੇ ਇੱਥੇ ਲਾਗੇ ਕਾਲਾ ਸੰਘਿਆ ਦੇ ਵਿੱਚ ਹੋਸਪਿਟਲ ਆ, ਸਿਵਲ ਹੋਸਪਿਟਲ, ਫਿਰ ਅਸੀਂ ਉੱਥੇ ਉਹਨੂੰ ਲਿਜਾ ਕੇ ਚੈੱਕਅਪ ਕਰਾਉਂਦੇ ਹਾਂ, ਜੇ ਸ਼ੱਕ ਹੈ ਤਾਂ, ਠੀਕ ਹੈ ਜੀ, ਜੇ ਸ਼ੱਕ ਹੈ ਤਾਂ ਅਸੀਂ ਉਹਨੂੰ ਚੈੱਕ ਕਰਾਉਂਦੇ ਹਾਂ ਜੀ, ਜੋ ਵੀ ਬਣਦੀ ਉਹਨੂੰ ਦਵਾਈ ਦਾ ਜੋ ਵੀ ਹੁੰਦਾ। ਅਤੇ ਸਰ ਕਿੰਨੇ ਘੰਟੇ ਵਾਸਤੇ ਜਿਹੜਾ ਇਹ 24 ਘੰਟੇ ਵਾਸਤੇ ਜਿਹੜਾ ਚੈੱਕ ਪੋਸਟ ਦੇ ਉੱਪਰ ਚੈੱਕ ਕੀਤਾ ਜਾਂਦਾ ਜੀ? ਕਿੰਨੀਆਂ ਸ਼ਿਫਟਾਂ ਦੇ ਵਿੱਚ ਜਿਹੜਾ ਇਹ ਕੀਤਾ ਜਾਂਦਾ ਸਰ? ਇਹ ਜਿਹੜੇ ਟੀਚਰ ਸਾਹਿਬਾਨ ਆ ਜੀ, ਉਹਨਾਂ ਦੀਆਂ 3 ਸ਼ਿਫਟਾਂ ਵਾ, ਜਿਹੜੇ ਪੁਲਿਸ ਕਰਮਚਾਰੀ ਆ ਮੇਰੇ ਨਾਲ, ਹੁਣ ਸਰਦਾਰ ਸਤਨਾਮ ਸਿੰਘ ਜੀ ਹੈਗੇ ਆ ਆਪਣੇ, ਹੈਗੇ ਆ ਸੰਦੀਪ ਜੀ ਅਤੇ ਜੈਰਾਮ ਜੀ, ਜਿੱਦਾਂ ਸਾਡੇ ਕੋਲ ਹੈਗੇ ਮੁਲਾਜ਼ਮ, ਸਾਡੇ 2 ਸ਼ਿਫਟਾਂ ਲੱਗਦੀਆਂ ਜੀ, ਨਾਈਟ ਸ਼ਿਫਟ ਸਾਡੀ ਹੋਰ ਆਉਂਦੀ 8 ਤੋਂ 8 ਆਉਂਦੀ ਆ ਜੀ, ਅਤੇ ਅਸੀਂ ਇੱਦਾਂ ਕੰਮ ਚਲਾਉਂਦੇ ਹਾਂ। ਚਲੋ, ਬਹੁਤ ਬਹੁਤ ਧੰਨਵਾਦ ਸਰ, ਸ਼ੁਕਰੀਆ ਜੀ। ਸੋ ਅਸੀਂ ਗੱਲਬਾਤ ਕੀਤੀ ਚੈੱਕ ਪੋਸਟ ਦੇ ਇੰਚਾਰਜ ASI ਸਰਦਾਰ ਤਰਲੋਚਨ ਸਿੰਘ ਜੀ, ਔਰ ਜੋ ਵਰਲਡ ਦੇ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲੀ ਹੋਈ ਆ, ਉਹਦੇ ਸੰਬੰਧ ਦੇ ਵਿੱਚ ਕਾਲਾ ਸੰਘਿਆ ਚੌਂਕ, ਆਦੀ ਚੌਂਕ ਔਰ ਜੈਰਾਮਪੁਰ ਚੌਂਕ ਵਿੱਚ ਜਿਹੜੇ ਉਹਨਾਂ ਨੇ ਨਾਕੇ ਲਗਾਏ ਆ, ਔਰ ਇਹ ਚੈੱਕਅਪ ਕਰਕੇ ਅੱਗੇ ਜਿਹੜਾ ਜਾਣ ਦੀ ਉਹਨਾਂ ਨੇ ਆਗਿਆ ਦਿੱਤੀ ਜਾਂਦੀ ਆ, ਹਰੇਕ ਜਿਹੜਾ ਆਉਣ ਜਾਣ ਵਾਲੇ ਉਹਦੇ ਉੱਪਰ ਸਖਤ ਨਜ਼ਰ ਰੱਖੀ ਜਾ ਰਹੀ ਆ, ਔਰ ਲੋਕਾਂ ਨੂੰ ਚੈੱਕ ਕਰਕੇ ਅੱਗੇ ਜਿਹੜਾ ਤੋਰਿਆ ਜਾਂਦਾ। ਸੋ ਹੁਣ ਅਸੀਂ ਗੱਲਬਾਤ ਕਰਦੇ ਹਾਂ ਮਜੈਸਟੇਟ ਦੇ ਨਾਲ, ਉਹ ਸਾਡੇ ਬਹੁਤ ਹੀ ਸਤਿਕਾਰਯੋਗ ਡਿਊਟੀ ਮਜੈਸਟੇਟ ਅਮਰਜੀਤ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਸੀਂ ਗੱਲਬਾਤ ਕਰ ਰਹੇ ਹਾਂ ਜੀ ਡਿਊਟੀ ਮਜੈਸਟੇਟ ਸ਼੍ਰੀ ਅਮਰਜੀਤ ਸਿੰਘ ਜੀ ਦੇ ਨਾਲ, ਉਹ ਜਿਹੜੇ ਐਂਟਰੀ ਕਰ ਰਹੇ ਨੇ, ਜੋ ਵੀ ਬਾਹਰੋਂ ਲੋਕ ਜਿਹੜੇ ਆ ਰਹੇ ਆ ਉਹਨਾਂ ਦੀ ਇੱਥੇ ਐਂਟਰੀ ਕਰ ਰਹੇ ਆ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਿਊਟੀ ਮਜਿਸਟਰੇਟ ਸ਼੍ਰੀ ਅਮਰਜੀਤ ਸਿੰਘ ਜੀ। ਹਾਂਜੀ ਸਰ, ਸਵਾਗਤ ਜੀ ਤੁਹਾਡਾ ਸਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਇਹ ਜੀ ਵੀ COVID-19 ਜਿਹੜੀ ਮਹਾਂਮਾਰੀ ਫੈਲੀ ਹੋਈ ਆ, ਇਹ ਤੋਂ ਬਚਾਅ ਰੱਖਣਾ ਬੜਾ ਜ਼ਰੂਰੀ ਆ, ਅਤੇ ਪਰਹੇਜ਼ ਹੀ ਇਹਦਾ ਜਿਹੜਾ ਇਲਾਜ ਆ। ਉਹਦੇ ਲਈ ਸਾਡੇ ਪ੍ਰਸ਼ਾਸਨ ਨੇ ਬੜਾ ਸ਼ਲਾਘਾਯੋਗ ਕਦਮ ਚੱਕਿਆ ਕਿ ਸ਼ਹਿਰ ਦੀ ਹਰੇਕ ਐਂਟਰੀ ਦੇ ਉੱਤੇ ਇਸ ਤਰ੍ਹਾਂ ਦੀਆਂ ਇੱਕ ਚੈੱਕ ਪੋਸਟ ਬਣਾਤੀ ਗਈ, ਜਿਹਦੇ ਰਾਹੀਂ ਹਰੇਕ ਆਉਣ ਵਾਲੇ ਵਿਅਕਤੀ ਦੀ ਜਿਹੜੀ ਉਹ ਥਰਮਲ ਸਕੈਨਿੰਗ ਕੀਤੀ ਜਾਂਦੀ ਆ, ਅਤੇ ਥਰਮਲ ਸਕੈਨਿੰਗ ਤੋਂ ਬਾਅਦ ਹੀ ਉਹਨੂੰ ਐਂਟਰੀ ਦਿੱਤੀ ਜਾਂਦੀ ਆ। ਅਸੀਂ ਬਕਾਇਦਾ ਸਾਨੂੰ ਫੋਰਮ ਮਿਲੇ ਹੋਏ ਆ, ਇਹਦੇ ਉੱਤੇ ਉਹਨਾਂ ਦਾ ਮੋਬਾਈਲ ਨੰਬਰ, ਨਾਮ, ਪਤਾ, ਐਡਰੈਸ, ਕਿੱਥੋਂ ਚੱਲੇ, ਕਿੱਥੇ ਆਏ, ਕਿੱਥੇ ਜਾਣਾ, ਇਹ ਸਾਰਾ ਕੁਝ ਨੋਟ ਕੀਤਾ ਜਾਂਦਾ ਹੈ। ਅਤੇ ਉਸ ਤੋਂ ਬਾਅਦ ਉਹਦੀ ਥਰਮਲ ਸਕੈਨਿੰਗ ਤੋਂ ਬਾਅਦ ਜੇ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਤਾਂ ਉਹਨੂੰ ਮੈਡੀਕਲ ਫੈਸਿਲਿਟੀ ਦਿੱਤੀ ਜਾਂਦੀ ਆ, ਅਤੇ ਜੇ ਉਹ ਤੰਦਰੁਸਤ ਆ ਤਾਂ ਫਿਰ ਹੀ ਉਹਨੂੰ ਅੱਗੇ ਭੇਜਿਆ ਜਾਂਦਾ ਆ। ਇਹਦੇ ਲਈ ਸਾਡੀਆਂ ਬਤੌਰ ਮੈਜਿਸਟਰੇਟ 3 ਸ਼ਿਫਟਾਂ ਲੱਗਦੀਆਂ ਆ ਜੀ, ਅਤੇ ਇਹਨਾਂ 3 ਸ਼ਿਫਟਾਂ 'ਚ ਸਾਡੇ 3 ਮੁਲਾਜ਼ਮ ਆਉਂਦੇ ਆ, ਅਤੇ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਆ ਉਹਨਾਂ ਦੀਆਂ 2 ਸ਼ਿਫਟਾਂ ਲੱਗਦੀਆਂ, ਅਤੇ ਜਿਹੜੇ ਡਿਊਟੀ ਮੈਜਿਸਟਰੇਟ ਆ ਉਹਨਾਂ ਦੀ 8-8 ਘੰਟੇ ਦੀ ਸ਼ਿਫਟ ਆ, ਅਤੇ ਜਿਹੜੇ ਪੁਲਿਸ ਮੁਲਾਜ਼ਮ ਆ ਜੀ ਉਹਨਾਂ ਦੀ 12-12 ਘੰਟੇ ਦੀ ਸ਼ਿਫਟ ਆ। ਔਰ ਇਹ ਸਰਕਾਰ ਦਾ ਐਸਾ ਕਦਮ ਆ ਜਿਹਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਸ ਮਹਾਂਮਾਰੀ ਨੂੰ ਕੰਟਰੋਲ ਕਰ ਸਕਦੇ ਹਾਂ। ਇਹ ਜ਼ਿਲ੍ਹਾ ਕਪੂਰਥਲਾ ਜਿਹੜਾ ਕਿ 0 'ਤੇ ਆ ਚੁੱਕਾ ਆ, ਅਤੇ ਪਰਮਾਤਮਾ ਚਲੋ ਕਿਰਪਾ ਰੱਖਣ ਆਪਣੀ, ਇਸੇ ਤਰ੍ਹਾਂ ਹੀ
जीरो ही कदे ना टुटे ये जी तो ये साडा प्रशासन जिहड़ा आ वह पूरा पूरा बधाई का हकदार आ जिन्ह ने इस गल नूं भापिया कि अदर डिस्ट्रिक्ट दे विचों आउण वाले बंदियां दे जे असीं स्कैनिंग करांगे तो फिर असीं इस चीज़ तों बचाव कर सकदे आ। अच्छा कोई शक्की जिहड़ा कोई मरीज़ कोई आया जी? नहीं हाले तक कोई शक्की मरीज नहीं आया जी, पर सानू SDM साहब होना वालों साढ़े माणयोग SSP साहब होना वालों हदायत आ भी जे कोई तुहानू लगता है जिहदा टैंपरेचर हाई शो हो रहा आ तो उन्हों नाल दे हॉस्पिटल दे विच हॉस्पिटलाइज्ड किया जाए तो उन्होंने पूरी सेहत सहूलत दी जाए। सानू बकायदा नंबर दिते गए एम्बूलेंस वगैरह के डॉक्टर साहबान के SMO साहब के तो कहिंदे भी तुसीं उन्हां नाल राबता करके जो भी हैगा उन्हां दा ट्रीटमेंट शुरू करवाना है। चलो बहुत बहुत धन्यवाद जी। थैंक यू सर। साढ़े बहुत ही सत्कारयोग उगे समाज सेवक मैंबर पंचायत श्री बूटा सिंह जी उन्हां कोलों भी जानकारी लै रहे हैं भी वो पुलिस प्रशासन के नाल और जो चेक पोस्टा ने और उन्हां दा पूरा जिहड़ा सहयोग कर किस तरह जिहड़ा सहयोग कर रहे हैं आ उन्हां दे नाल गलबात करते हैं सरदार बूटा सिंह जी के नाल। बहुत बहुत धन्यवाद सर तुहाडा जी। बूटा सिंह सत श्री अकाल जी। सत श्री अकाल। वाहेगुरु जी का खालसा। मैं जी जदों का ये लॉकडाउन होया इतने नाका लगा जिहड़ी भी चीज़ की लोड़ आ साडी पंचायत वालों मैं इन्हां नूं लिया के दिना जा कोई मान लो भी अपने डॉक्टर वालों हो कोई भी किसी तरह की भी लोड़ हो वो इन्हों मैं केंद्र आ फोन करते तो मैं जिते भी मर्जी होव मैं आके इन्हों की गल सुन के तो इन्हों लिया के दिना है। ठीक है जी। हाँ जी तो साड़ी पंचायत वध तो वध ज़्यादा काम कर रही है काला सिंघिया की किसी चीज़ की भी लोड़ आ सानू उदे फोन करते ही उस टाइम पहुँच जाने और इन्हां दे जिहड़ा रोटी पानी का जां चाह पानी का वह किस तरह प्रबंध हो रहा जी सरकार वालों हो रहा जां पंचायत वालों हो रहा जां नगर निवासियों वालों सहयोग हो रहा जी? जी अपने पंचायत वालों भी हो रहा जी तो चौंकी के बच्चे भी सारा इन्हों का अरेंजमेंट उत्थे कीता ही। ठीक है। जो भी इन्हों चीज़ की लोड़ आ उत्थे बनती आ रोटी पानी जो भी उत्थे जाके इन्हों का सारा ही कीता हो चाह भी आवे रोटी भी उत्थे लांग रही आ बहुत बहुत धन्यवाद जी। तुम देख रहे हो पंजीआर संदेश मनजीत मान के नाल कैमरामैन सोनू सिद्धू। बहुत बहुत धन्यवाद।